नहीं चलता जी, बाले थले फिर दियो जी। नहीं जी, पूरे ही नहीं चलता जी। पूरे नौ कर दे, गबन है किन्ने चिर दी? तीन महीने की लगती नहीं यार। 4000 सही है? नहीं है। बिल्कुल होर मेरे बात ही नहीं सही है। फिर दस भी कितने सही है तेरे वास्ते? थले नू आ ताना जड़ नहीं आया जाना। हां क्यों नहीं आया जंदा? सीधी ले जा। हां सीधी ले जा। 42 हाथ ने पेग भी लाउना, इहदे चो लाउना है। तैनूं हुण की दसां? फिर एवें कड़ा दी नाल लई फिरदी है, इहदे चो लाउना है। अदगा कहंदा बोतल दे किन्ना मर्जी तकड़ा डब्बा ही है इह बंदा। होर कोई है भाई? वीडियो सबसे पहले देखने के लिए चैनल को सब्सक्राइब करें, घंटी का बटन ऑल पे कर दे ताकि सभी नोटिफिकेशन आप तक सबसे पहले पहुंच जाए। धन्यवाद। सौदा बन जाता है क्या? कर तू चीड़ांगा थोड़ा जा। रामे वाला आ जा। आ देख ये बुर्ज खलीफा है इधरले पास। आ जा बुर्ज खलीफा दिखाने तेन। बकरो 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 खीरा बकरा भाई देखो पठ पूरे 5000 जी, पूरा 5500 पूरे सीधी हाना की होर देख ला। हां अठ वास्ते कोई स्पेशल व्यापारी बुलाना पऊ। पूरा सी उत्ते लिखाई करती उन्हें तो मैनू नहीं आख्या। होर 800 दी 65 दी फड़ाओ यार। 6500 दी हो गई, लिया फड़ा पैसे यार। ਲੈਂਦਾ ਕੋਈ ਸਰੇ ਆਉਣਾ ਫਿਰ? ਹਾਂ 7.5 ਦੀ ਹਾਂ ਨਾ 7.5 ਦੀ ਹਾਂ ਨਾ ਦੇ ਐਂ ਕਹੇ ਵੀ ਮੈਂ ਵੇਚਣੀ ਨਹੀਂ। ਵੇਖਣਗੇ ਵੇਚਣ ਵਾਸਤੇ ਲੈਂਦੇ ਆ ਤੇ ਹੁਣ ਵਿਕੀ ਜਾਂਦੀ ਆ ਵੇਚਦੇ ਦੇਖ ਲੈ। 6500 लग गया जी। 8 लग गया। 8200 लग गया जी। लगाई उत्ते करती सी, मानदा नहीं ये राम है। राम है पिंड उलग उलग वाले राम सिंह जी ये। हाँ मानते नहीं, बहुत चीड़े बंदे है। आज अगे केड़ी पट्ठ कहते इतने खड़ी है कोई आ की बई ढिडल जा सौदा की हाँ हाँ अपनी की मंगता है? ठीक है बई की हाल है? की मंगता है? 11000 मंगते है जी। 11000 हाँ दंदा दुंदा नी किवें आ? दंद तो सरकार कबाड़े अर्गे पे यार। सरजीत 10000 मांगदा कापी करो 5000 वाली। 5200 5.5 देनी तो तू है नहीं, देख ला तू अपने देखो तान। पूरे सी खड़ा बोल दे नहीं। बोलता तो की नहीं, मैं तेन दसता भी इन्ने दिने लिखाई होगी ठीक है दीजिए पैसे नहीं बनती। बड़ा चीड़ा पतंदरा है की है जवाखड़ी जी तो हैगी है यार। बेच के परे कर पैसे वट के जेब च पा, मान जा गल
ਮੰਨਦਾ ਨਹੀਂ ਜੀ। ਚਲੋ ਚੱਲੀਏ ਅੱਗੇ, ਆ ਜਾਓ ਜੀ ਇੱਧਰ ਨੂੰ ਤੁਰੇ ਆਓ, ਬੱਤ ਲੈਣ ਵਾਰੀ ਤੁਰੇ ਆਵਾਂਗੇ। ਆ ਕਿਹਦੀ ਆ ਬੱਤ ਬਈ? ਆਪਣੀ। ਇਹਦੇ ਗਾਹਕ ਵੀ ਲੱਗੇ ਖੜੇ ਨਾਲ ਹੀ। ਖੀਰੀ ਹੈ, ਆ ਜਾਓ ਜੀ ਇਹਨੂੰ ਦਿਖਾ। ਆ ਪੱਠਾ ਬੜੀ ਸ਼ੌਕੀਨ ਹੈ। ਮੂਵੀ ਵਾਲੇ ਕਿਹੜੇ ਪਾਸੇ ਖੜੇ ਹੋ? ਆ ਜਾ ਜਸਵੀਰ ਇੱਧਰਲੇ ਪਾਸੇ ਆ। ਹਾਂਜੀ ਕੀ ਮੰਗਦੇ ਹੋ ਬਾਈ ਜੀ? 8000। ਪਹਿਲਾਂ ਤੁਸੀਂ ਐਂ ਦੱਸੋ ਕਿਹੜਾ ਪਿੰਡ ਹੈ ਤੁਹਾਡਾ? ਭਾਗੀ ਬਾਂਦਰ। ਇੱਥੋਂ ਦੇ ਵਜਨੀਕ ਹੈ ਜੀ ਭਾਗੀ ਬਾਂਦਰ ਦੇ। ਕਿੰਨੇ ਮੰਗਦਾ ਬਾਈ? 8000 ਬਾਈ। ਦੇਣ ਲੈਣ ਵਾਲੀ ਗੱਲ ਹੀ ਹੈ? ਦੇਣ ਲੈਣਾ ਸ਼ਕੀਨ ਭੱਠਾ। ਆ ਜਾਣਾ ਹੈ, ਦਿਖਾਈਏ ਚੰਦਰਕਾਂਤ ਮੰਨ ਜਾ ਗੱਲ। ਹਾਂ ਕਿੰਨੇ ਦੇਣੀਆਂ ਦੱਸ ਦੇ ਤੁਸੀਂ ਦੱਸੋ। ਮੈਂ ਤਾਂ ਕਹਿੰਦਾ 4 ਦੀ ਪਾ ਦੇ। ਜਾਨਵਰ ਬਹੁਤ ਵਧੀਆ ਕਰ ਦਈਏ, ਇੱਕ ਸੱਟ ਲਾ ਦਈਏ ਮਾੜੀ ਜੀ, ਮੰਨ ਜਾ ਗੱਲ, ਬਣ ਜੂ ਸੌਦਾ। ਰਾਮਾ ਆਪਾਂ ਨੂੰ ਮੂੰਹ ਮਾਰਦਾ, ਆਪਾਂ ਦਾ ਪਤਾ ਹੀ ਸਾਢੇ ਪੰਜ ਤੇ ਪ੍ਰੋਗਰਾਮ ਹੋ ਗਿਆ। ਚੰਗੀ ਚੰਗੀ ਹੈਗੀ, ਸਾਢੇ ਪੰਜ ਕਹਿਤਾ ਬਾਈ ਨੇ ਯਾਰ, ਪਰ ਮੇਰੇ ਗੁੰਜਾਇਸ਼ ਨੀ ਹੈਗੀ ਸਾਡੇ ਚ, ਤਾਂ ਅਸੀਂ ਤਾਂ ਪਾ ਆਉਂਦੇ ਉਹਦੀ। ਹੁਣ ਮੈਂ ਕਹਿੰਦਾ ਠੋਕ ਦੇ 500 ਸੱਤ ਦੀ ਲੈ ਜਾਓ। ਹੈਂ ਵਧੀਆ ਵੇਖਦੀ ਹੈ? ਨਹੀਂ ਬਾਈ ਵੇਖਦੀ ਹੈ ਮੰਨ ਜਾ ਗੱਲ। ਨਹੀਂ ਹੋਰ ਨਹੀਂ ਹੋਰ ਬਾਹਲਾ ਥੱਲੇ ਨਹੀਂ ਕੋਈ ਨਾ ਕੋਈ ਨਾ ਸੱਤ ਦੀ ਕੋਈ 100-200 ਨਾ ਹੁੰਦਾ? ਨਹੀਂ ਨਹੀਂ ਹੁੰਦਾ। ਆ ਕਿਹਦੀ ਹੈ ਬਾਈ ਜਾਨਵਰ? ਤੁਹਾਡੇ ਹੈ? ਕਿਹੜਾ ਪਿੰਡ ਹੈ ਬਾਈ ਤੁਹਾਡਾ? ਟੁੰਗਾਲੀ ਤੋਂ ਆਏ ਆ ਬਾਈ। ਇਹਨਾਂ ਦੇ ਪਿੰਡ ਵੀ ਖਰ ਮੰਡੀ ਲੱਗਦੀ ਹੈ, ਪੱਠਾ ਵਧੀਆ ਲਿਆਇਆ ਘਰ, ਸ਼ੌਕੀਨ ਪੱਠਾ ਗੀਆਂ। ਬਾਈ ਜੀ ਕੀ ਮੰਗਦੇ ਹੋ ਇਹਨਾਂ ਦਾ? ਦੋਨਾਂ ਦਾ ਅਤੇ ਦੇਣੀਆਂ ਕਿੰਨੇ ਦੀਆਂ ਹੈ ਕੋਈ ਬਾਈ ਪੱਠਾਂ ਦਾ? ਗਾਹ ਕਰਾਮੇ ਵਾਲਿਆ ਆ ਦੇਖ, 15000 ਮੰਗਦਾ ਦੋਨਾਂ ਦਾ, 10000 ਹੋ ਗਿਆ ਬਾਈ। 10,200 10,50 ਥੱਲੇ ਨੂੰ ਆ ਜਾ ਮਾੜਾ ਜਾ, ਮਾਲ ਮੁੱਲ ਤਾਂ ਜਿੰਨਾ ਕਹੇਗਾ ਉਹਨਾਂ ਦਾ ਲਾਤਾ ਉਹਨੇ ਰਾਮੇ ਵਾਲੇ ਨੇ, 10,50 ਕਰਤਾ ਉਹਨੇ। ਠੀਕ ਹੈ ਜੇ ਚਿੱਤ ਮੰਨਦਾ ਤਾਂ ਫੜਾ ਤੇ ਲਿਖਾਈ ਕਰਾ। ਹੋਰ 12,000 ਵਾਲਾ ਮਾਲ ਨੀ ਹੈਗਾ, 12 ਵਾਲਾ ਹੁੰਦਾ ਤਾਂ 12 ਚ ਵਿਕ ਜਾਂਦਾ। ਅਗਲੀ ਮੰਡੀ ਬਣ ਜੂ, ਚੱਲ ਅਗਲੀ ਮੰਡੀ ਕਿਵੇਂ, ਕੋਈ ਖਾਸ ਹੀ ਪ੍ਰੋਗਰਾਮ ਕਰ ਦਾਂਗੇ? ਹਾਂ ਨਵਾ ਕੇ, ਹਾਂ ਇਹਦੇ ਮਾਰੋ ਫੁਹਾਰੇ। ਚਲੋ ਜੀ ਅੱਗੇ, ਇੱਥੇ ਜੇ ਖੜਾ ਸੀ ਇੱਕ ਤਾਂ ਨਗ। ਆ ਕਿਹਦਾ ਬਾਈ? ਬੱਕਰਾ, ਬੱਕਰਾ ਆ ਲਓ ਜੀ, ਬੱਕਰਾ ਹੈਗਾ, ਸ਼ੌਕੀਨ ਆ ਖਰ। ਉਹ ਖੜ ਜਾ ਸਹੁਰੇ ਉਰੇ ਆ ਜਾ, ਦੰਦ ਹੀ ਦੇਖਣੇ, ਮੈਂ ਕੁਛ ਨਹੀਂ ਕਰਦਾ। ਖੀਰਾ ਬੱਚਾ ਜੀ, ਖੀਰਾ ਹੈਗਾ ਬੱਚਾ। ਹਾਂਜੀ ਕੰਨਾਂ ਦੀ ਵੇਲ ਵੀ ਵਧੀਆ ਖਰ, ਐਂ ਨੂੰ ਕਰ ਲਾ ਮੂੰਹ ਤੇਰੇ, ਬਣਾ ਦਈਏ ਮੂਵੀ, ਐਂ ਘੁੰਮ ਜਾ ਫਿਰ ਜੇ ਐਂ ਨਹੀਂ ਤਾਂ। ਆ ਲਓ ਜੀ ਇੱਧਰ ਕਿੱਧਰ ਜਾਂਦਾ, ਇੱਥੇ ਆ ਇਹ, ਆ ਲਓ ਜੀ ਆਹ ਬੱਚਾ ਗਾ। ਬਾਈ ਜੀ ਕੀ ਮੰਗਦੇ ਤਾਂ ਕਿੱਧਰ ਗਏ? ਇਹਦਾ ਮਾਲਕ ਕਿਹੜਾ ਬਾਈ? ਕੋਈ ਇਹਦਾ ਕੋਈ ਹੈ? ਇਹਦਾ ਕੋਈ ਬਾਲੀ ਵਰਥ ਨਹੀਂ, ਵੇਚਦੇ ਨਹੀਂ। ਠੀਕ ਆ, ਅਤੇ ਆਹ ਬਾਈ ਆਹ ਬੱਕਰੀ ਹੈ ਜੀ, ਉਹ ਤਾਂ ਵੇਚਦੇ ਨਹੀਂ, ਉਹਦਾ ਬਾਲੀ ਵਰਥ ਹੀ ਹੈ ਨਹੀਂ ਗਾ। ਆਹ ਕਿਹਦੀ ਹੈ ਬਾਈ? ਉਹ ਦੰਦ ਤਾਂ ਖਰ ਘਬਾਣੇ ਵਰਗੇ ਪਏ ਹੈ ਚਿੱਟੇ। ਲਓ ਜੀ ਆਹ ਦੇਖੋ ਬੱਕਰੀ। ਹਾਂਜੀ ਬਾਈ ਜੀ ਕੀ ਮੰਗਦੇ ਹੋ? 14,000 ਮੰਗਦੇ ਆ ਜੀ। ਇਹਦਾ ਕੋਈ ਹੈਗਾ ਕਿ ਰਾਮਾ? 14,000 ਮੰਗਦੇ ਆ। 8,000 8.5 ਪੂਰੇ 9 ਕਰਦੇ ਹੋਰ। ਹੈ 12 ਦੀ ਗੱਬਣ ਹੈ? ਕਿੰਨੇ ਚਿਰ ਦੀ? 3 ਮਹੀਨੇ ਦੀ ਲੱਗਦੀ ਨਹੀਂ ਯਾਰ। ਹੈਂ ਲਿੱਸੀ ਕੀ? ਉਹ ਤਾਂ ਮਾੜਾ ਜਿਹਾ ਕੱਢ ਜਾਂਦੀ ਐਂ ਜੇ ਕਰਕੇ। ਪੂਰਾ 9 ਲੱਗ ਗਿਆ। ਦੇਖ ਲਓ ਯਾਰ, ਦੇਖ ਲਾ ਹੋਰ ਆ ਜਾ ਕੋਈ ਮਾੜਾ ਮੋਟਾ ਥੱਲੇ। 9,200 ਹੋ ਗਿਆ ਹੋਰ।
ਸਾਢੇ 9 ਇਹਨੀ ਤਾਂ ਤੂੰ ਹੈ ਨਹੀਂ ਮੈਨੂੰ ਪਤਾ ਚਲੋ ਜੀ ਅੱਗੇ ਚਲੋ ਜੀ ਮੈਂ ਪਾਤਾ ਹੁਣ 500 ਆਪਦੇ ਕੋਲੋਂ ਮੈਨੂੰ ਭਾਵੇਂ ਲੈਣੀ ਪੈ ਜਾਂਦੀ ਆ ਜਾਓ ਜੀ ਆ ਜਾਓ ਆ ਲਓ ਜੀ ਆਹ ਜਾਨਵਰ ਆ ਇਹਨੂੰ ਆਪਣੇ ਵਾਲੇ ਨੂੰ ਉੱਧਰ ਬੰਨ ਹੋਏ ਇਹਨੂੰ ਉੱਧਰ ਲੈ ਕੇ ਜਾਓ ਸਰਜੀਤ ਸਿੰਘ ਜੀ ਇਹਨੂੰ ਦਿਖਾਓ ਬਾਘਾ ਬਾਰਡਰ ਪਰਲੇ ਪਾਸੇ ਆ ਤੇਰੇ ਜਾਨਵਰ ਆ ਵੀ ਮੇਰੇ ਹੈ ਮੈਂ ਤਾਂ 7000 ਮੰਗਦਾ ਦੇਣੀ ਕਿੰਨੇ ਦੀ ਹੈ ਮੰਗਣ ਨੂੰ ਤਾਂ ਮੈਂ 8 ਮੰਗ ਲਾ ਮੌਕਾ ਦੇਖਾਂਗੇ ਫਿਰ ਮੌਕਾ ਕੀ ਦੇਖਾਂਗੇ ਚਲ ਤੂੰ ਰਮਾਇਣ ਚਾਲ ਚਲਾ ਕੇ ਆਉਂਦੇ ਹੁਣ ਰਮਾਇਣ ਚੱਲ ਪਈ 4000 ਤੋਂ ਰਮਾਇਣ ਸ਼ੁਰੂ ਹੈ 4000 ਹਾਂ ਨਹੀਂ ਹੋਰ ਕੀ ਇਹਦੇ ਚਲਾ ਅਸਾਂ ਇੰਨਾ ਕੀ ਵਜਣਾ 8-8.5 ਕਿਲੋ ਵਜਣਾ ਇਹਦੇ 'ਚ 4000 ਸਹੀ ਹੈ ਹੈਂ ਬਿਲਕੁਲ ਹੋਰ ਮੇਰੇ ਵਾਸਤੇ ਨਹੀਂ ਸਹੀ ਗਾ ਫਿਰ ਦੱਸ ਵੀ ਕਿੱਥੇ ਸਹੀ ਹੈ ਤੇਰੇ ਵਾਸਤੇ ਥੱਲੇ ਨੂੰ ਆ ਤਾਣਾ ਚੜ ਨਹੀਂ ਆ ਜਾਣਾ ਕਿਉਂ ਨਹੀਂ ਆਇਆ ਜਾਂਦਾ ਸੀਧੀ ਲੈ ਜਾ ਹੈਂ ਸੀਧੀ ਲੈ ਜਾ 4200 ਦੀ ਪਾ 8000 ਦੀ ਪਾ ਯਾਰ ਜਿਵੇਂ ਮੈਂ ਥੱਲੇ ਆਇਆ ਨਾ 1000 ਉਵੇਂ ਚੜ ਤਾਹਾਨੂੰ ਫੇਰ ਬਣੂ ਗੱਲ 4500 ਦੀ ਹੋ ਗਈ ਨਹੀਂ ਹੋਰ ਹੁਣ ਤਾਂ 500 ਪਾਤਾ ਮੈਂ 1000 ਪਾਇਆ ਸੀ ਹੋਰ 1000 ਥੱਲੇ ਆ ਜਾ ਫਿਰ ਹੁਣ ਇੱਕ ਵਾਰੀ ਇੰਨੇ ਆ ਕੇ ਤਾਂ ਫਿਰ ਮੈਂ ਵੀ 1000 ਥੱਲੇ ਹੋ ਰਿਹਾ ਜਾ ਫਿਰ ਸੋਦਾ ਬਣਿਆ ਪਿਆ ਫਿਰ ਸੋਦਾ ਬਣ ਜੂ ਮੰਨ ਜਾ ਗੱਲ 1000 ਥੱਲੇ ਆ ਜਾ ਹੱਥ ਨੇ ਪੇਗ ਵੀ ਲਾਉਣਾ ਇਹਦੇ ਚੋਂ ਲਾਉਣਾ ਹੈ ਤੈਨੂੰ ਹੁਣ ਕੀ ਦੱਸਾਂ ਫੇਰ ਐਵੇਂ ਇਹ ਕਿਹੜਾ ਦੀ ਨਾਲ ਲਈ ਫਿਰਦੀ ਹੈ ਇਹਦੇ ਚ ਲਾਉਣਾ ਅਧਗਾ ਕਹਿੰਦਾ ਬੋਤਲ ਦੇ ਕਿੰਨੀ ਮਰਜ਼ੀ ਤੱਕ ਡੱਬਾ ਹੀ ਆ ਇਹ ਬੰਦਾ ਹੋਰ ਕੋਈ ਹੈ ਬਈ ਇਹਦੇ 4500 ਲੱਗ ਗਿਆ ਰਾਮੇ ਵਾਲਾ 4500 ਲੱਗ ਗਿਆ ਤਾਂ ਬਾਈ ਸ਼ੀ ਤੇ ਆ ਗਿਆ ਪੱਠ ਰੋਟੀ ਵਾਲਾ ਆ ਲੈ ਲਿਖਾਈ ਹੋ ਗਈ ਬਾਈ ਮੰਨ ਜਾ ਗੱਲ 4500 ਤੈਨੂੰ ਤਰਦਾ ਤੇ ਲਿਖਾਈ ਉਹ ਆਪੇ ਦਿਓ ਸਿੰਘ ਕੱਟ ਸਿੰਘ ਕੱਟ ਦੇਂਗੇ ਸਿੰਘ ਕੱਟ ਦੇਂਗੇ ਆਪਾਂ ਕੱਟ ਲਾਂਗੇ ਫਿਰ ਅਸੀਂ ਵੀ 7 ਤਾਂ ਚੜਦੇ ਸੀ ਤੋਂ ਤਾਂ ਲੱਗਦਾ ਰੇਟ ਮੰਨ ਜਾ ਗੱਲ ਮੇਰੀ ਕਿੰਨੇ ਲੈਤੀ ਹੈ ਅੱਛਾ ਤੈਨੂੰ ਹੋਰ ਮੈਂ ਕੀ ਕਹਣਾ ਇੱਥੇ ਜੋ ਹੋਰ ਖੜੇ ਸੀ ਜਾਨਵਰ ਦੋ ਲਓ ਜੀ ਆ ਨਗੀਨੇ ਆ ਆ ਤਾਂ ਉਹੀ ਹੈ ਆਜੋ ਆਜੋ ਇੱਥੇ ਆ ਜਾ ਇੱਥੇ ਹਾਂਜੀ ਆ ਪੱਠਾਂ ਦੋਨੇ ਬਾਈ ਆਹਾ ਤੇ ਆਹਾ ਇਹਨਾਂ ਦੋਨਾਂ ਦਾ ਦੱਸਦੇ ਤੇ ਆ ਮੈਨੂੰ ਬੱਕਰਾ ਲੱਗਦਾ ਨਾ ਬੱਕਰੇ ਦਾ ਕੀ ਮੰਨਣਾ ਪਹਿਲਾਂ ਐਂ ਦੱਸ ਦੋ ਢੇਰੀਆਂ ਪਾ ਦੇ ਹੈਂ ਹੋਰ 200 ਘੱਟ 4000 ਹੈਂ ਪੂਰੇ ਕਰਤਾ 4200 ਲਿਖਾਈ ਕਰਾ ਦੂਗਾ 4000 ਤਰਦਾ ਫੜ ਹਾਂ ਥੱਲੇ ਨੂੰ ਆ ਹੋਰ ਫਿਰ ਸੌਦਾ ਬਣ ਜੂ ਹਾਂ ਬਾਈ ਹੋਰ ਕੋਈ ਹੈ ਬਾਈ ਬੱਕਰੇ ਦਾ ਗਾਹਕ ਕੋਈ ਹੈ ਖੜ ਜਾ ਤੇਰੇ ਹਾਂ ਆ ਜਾ ਆ ਗਿਆ ਪੱਠਾਂ ਦਾ ਦੱਸ ਦੇ ਇੱਕ ਮਿੰਟ ਬਾਈ ਆ ਪੱਠਾਂ ਰਹਿ ਗਏ ਦੋ ਪੱਠਾਂ ਦਾ ਦੱਸ ਦੋਨਾਂ ਦਾ ਹੀ ਦੱਸ ਦੇ ਦੋਨਾਂ ਦਾ 16 ਪੱਠਾਂ ਦਾ ਗਾਹਕ ਹੈ ਕੋਈ ਦੋਨਾਂ ਦਾ 16 ਮੰਗਦਾ ਦੋਨਾਂ ਦਾ ਚੱਕ 8000 ਯਾਰ ਹੈ 8.5 9000 ਨਹੀਂ ਦੇਣੀਆਂ ਤੁਰ ਜਾ ਫਿਰ ਅੱਗੇ ਚਲੋ ਜੀ ਮਾੜਾ ਜਿਹਾ ਪਾਸੇ ਨੂੰ ਅੱਡ ਪੁੱਤ ਕਿੱਧਰ ਲੱਗਣਾ ਹਾਂਜੀ ਇੱਕ ਮਿੰਟ ਉੱਥੇ ਚੱਲੂ ਮਾੜਾ ਜਿਹਾ ਬੱਕਰੇ ਕੋਲੇ ਲੈਵ ਚੱਲ ਰਿਹਾ ਲੈਵ ਤੂੰ ਲੈਤਾ ਬਈ ਹੋਰ ਕਿਹੜੇ ਲੈਤਾ ਕਿਹੜਾ ਕਲੀਅਰ ਹੋ ਗਿਆ ਲਓ ਜੀ ਖੀਰਾ ਬੱਕਰਾ ਗੋਡਾ ਬੱਕਰਾ ਜੀ ਹਾਂ ਕਿਹੜਾ ਪਿੰਡ ਹੈ ਜੀ ਸਿੰਘੋ ਤੁਹਾਡੇ ਪਿੰਡ ਵੀ ਮੰਡੀ ਲੱਗਦੀ ਹੈ ਖਰਾ ਠੀਕ ਹੈ ਤੇ ਲੈਤਾ ਤੁਸੀਂ ਹੈ ਜੀ ਡਾਕਟਰ ਲਿਆ ਕਿੰਨੇ ਦਾ ਬਾਈ ਡਾਕਟਰ ਨੇ ਲਿੱਤਾ ਤੇ ਬਜ਼ੁਰਗਾਂ ਨੇ ਵੇਚਿਆ ਸਿੰਘ ਵਾਲਿਆਂ ਨੇ ਆਹ ਦੇਖੋ ਜੀ ਬੱਕਰਾ ਇਹਦਾ ਸੌਦਾ ਹੋਇਆ ਜੀ 300 ਘੱਟ ਤੇ 7000 ਦਾ ਠੀਕ ਹੈ ਜੀ ਚਲੋ ਜੀ ਵਧੀਆ ਖੁਸ਼ ਹੋ ਦੋਨੇ ਚਲੋ ਫਿਰ ਕਰਾਓ ਲਿਖਾਈ ਹੋ ਗਏ
किन्ने मांगदा तू? तेरा बकरा है? बकरे मेरे तेरे बकरे है तू लेने है? 12 लाख। आ जा नेड़े, आ जा नेड़े। तू की मंगया सी? मैं लैन देन मंगया दोनों दा 15000 रुपया। ठीक है ठीक है, मैं पक्के दादे लैन के लेने। मैं 14 ले जाओ। ठीक है, आ बकरे देखो जी, आ बकरे बीटल, बकरे बीटल आगे चाहे कुछ भी आगे दिखा देने के ना। आ देखो जी, आ बकरा जी एक, ते एक आ बकरा जी। बाई मांगदा 15000। केड़ा पिंड है बाई? कोटफत्ता। कोटफत्ता ते लैन वाला किधर गया? 13000। मेरी गल सुन, 12000 एंड है? कोई माड़ी मोटी गुंजाइश है? मेरी गल सुन, लिखाई करा दे, लिखाई करा दे। ठीक है, मानता जित 12 च मानता? देख ला ਵਧੀਆ ਜਾਂਦੇ। ਮੈਂ ਤਾਂ ਕਹਿੰਦਾ ਪਾ ਦੇ। ਨਹੀਂ ਪਈ ਲੱਗੇ ਨਾ ਮਰ ਕੇ ਕਿੰਨਾ ਕਿੰਨਾ ਲੱਗ ਜਾਂਦਾ ਹੈ? ਇਹ ਦੱਸਤੀ ਮੈਂ ਸਿੱਧੀ ਹਕੀਕਤ ਗੱਲ ਨਾ, 12 ਇੰਟ ਲਾਤਾ ਭਾਈ ਯਾਰ ਆਪਾਂ ਨੂੰ ਪਹਿਲਾਂ। ਕੋਈ 9 ਨਹੀਂ ਕਿਹਾ, ਕੋਈ 10 ਨਹੀਂ ਕਿਹਾ, ਬੰਦੇ 12 ਕਰ ਦੇ ਬਾਟ ਐਵੇਂ ਨਾ ਛੱਡ ਜਾਉਦਾ। ਉਹ ਮੰਨ ਜਾ, ਮਾੜੇ ਨਹੀਂ ਹੈਗੇ, ਸਾਡੇ 12 ਕਰ, ਸਾਡੇ 12 ਕਰ। ਨਹੀਂ ਨਹੀਂ ਉਹ ਨਹੀਂ, ਤੈਨੂੰ ਕਹੀ ਜਾਂਦਾ ਮਾੜੇ ਨਹੀਂ ਹੈਗੇ ਸਾਡੇ ਨਾਲ, ਨਹੀਂ ਮਾੜੇ ਹੈਗੇ ਖਾਸ। ਮੈਂ ਸਾਨੂੰ ਪਤਾ ਹੀ ਹੈ, ਬਜਨ ਬਜਨ ਵੀ ਹੋਵੇ ਨਾ। ਲੈ ਉਰੇ ਫੜਾ ਫੜਾ ਫੜਾ, ਆਪਾਂ ਯਾਰ ਸਾਡੇ 12 ਦੇ ਕਰਤੇ, ਆਪਾਂ ਕੋਈ 10 ਨਹੀਂ ਲਾਇਆ, ਕੋਈ 11 ਲਾਇਆ, ਸਿੱਧਾ 12 ਲਾਇਆ। ਓਏ 500 ਪਿੱਛੇ ਕਿਉਂ ਛੱਡੀ ਜਾਂਦਾ ਨਾ ਆਗੇ ਮੈਂ ਯਾਰ। ਲੈ ਉਰੇ ਫੜਾ, ਲੈ ਫੜਾ, ਇੰਨੇ ਬੰਦਿਆਂ ਦੀ ਨਾ ਮੋੜ, ਹੁਣ ਪੰਚਾਇਤ ਦੀ ਨਹੀਂ ਮੋੜ ਦਿੰਦੇ। ਲਿਆ ਉਹ, ਤੁਸੀਂ ਉਧਰ ਹੋ ਜਾਓ, ਵੀਡੀਓ ਬਣਦੀ ਉੱਤ ਪਰੇ ਹੋ ਜਾਓ। ਲਿਆ ਯਾਰ 12000 ਦਾ ਮੰਨਦਾ ਜਿੱਤ ਓਏ? ਪਾ ਦੇ ਗੰਜਿਆ, ਪਾ ਦੇ, ਪਾ ਦੇ। ਲੱਗੀ ਨਾ ਕਿ ਮੁੱਲ ਇਹਨਾਂ ਦੋਨਾਂ ਬੱਕਰਿਆਂ ਦਾ ਸੀਗਾ ਜੀ 12, ਉਹ 14 ਤੇ ਅੜਿਆ ਖੜਾ ਹੈਗਾ। ਉਹ ਮਾਲਕ ਜਿਹੜੇ ਲਾਉਂਦੇ ਸੀ ਉਹ ਵੱਗ ਗਏ। ਮੈਂ ਤਾਂ ਕਹਿੰਦਾ ਪਹਿਲਾਂ ਆਪਾਂ ਉੱਥੇ ਚੱਲ ਗਏ। ਇੱਕ ਆਹ ਹੈਗਾ ਡੱਬਾ, ਬੱਕਰੇ ਵਧੀਆ ਗਏ ਦੋਨੇ। ਇਹਦਾ ਕੋਈ ਹੈ ਗਾਹਕ? ਇਹਨਾਂ ਦਾ ਗਾਹਕ ਹੈ ਕੋਈ ਬਾਈ? ਬੱਕਰੇ ਆ ਦੇਖੋ, ਇਹਦਾ 9000 ਬਾਈ, ਇਹਦਾ 8000, ਹਾਂ 17000। ਕਿਹੜਾ? ਆਹ ਦੇ ਦੇ 4000 ਦਾ, ਨਹੀਂ ਮੰਨਦਾ, ਆਪਣਾ ਹੀ ਆ, ਨਹੀਂ ਮੰਨਦਾ। ਹੈਂ 4000 ਦੇ ਐਡੇ ਐਡੇ ਬੱਕਰੇ ਮਿਲਦੇ? ਹੋਰ ਦੱਸੋ, ਹੋਰ ਹੋਰ ਦੱਸੋ। ਸਰਜੀਤ ਸਿੰਘ ਜੀ ਆ ਰਹੇ ਆ, ਧੜਾ ਧੜ ਮਾਲ ਖਰੀਦ ਰਹੇ ਹੈ। ਹਾਂਜੀ, ਇਹਦਾ ਕੀ ਮਰਨਾ ਕਾਲੇ ਦਾ? ਆਹ ਬੱਕਰਾ ਜੀ, ਇਹਦਾ 9000 ਰੁਪਇਆ ਜੀ। ਇੱਕ ਆਹ ਬੱਕਰਾ ਗਾ ਜੀ ਡੱਬਾ, ਇਹਦਾ 8.5 ਜੀ। ਨਹੀਂ ਚੱਲਦਾ ਜੀ, ਬਾਹਲੇ ਥੱਲੇ ਫਿਰਦੇ ਹੋ ਜੀ। 57 ਨਹੀਂ ਜੀ, ਪੂਰੇ ਹੀ ਦਾ ਨਹੀਂ ਚੱਲਦਾ ਜੀ। 6 ਲਗਾ ਦਈਏ, 6 ਕਿਹੜਾ ਕਿਹੜਾ ਕਰ ਰਹੇ ਹੋ? ਆਹ ਬੱਕਰਾ ਜੀ ਕਾਲਾ, ਲੋ ਦੇਖੇ 6 ਲਗਾ ਦਈਏ ਜੀ। ਦੇਖੋ ਜੀ ਕੰਨਾਂ ਦੀ ਬੇਲ ਬੂਲ, ਕੰਨਾਂ ਦੀ ਬੇਲ ਦੇਖੋ ਜੀ। ਤੁਸੀਂ ਕੀ ਮੰਗ ਰਹੇ ਹੋ ਭਾਜੀ? ਇਹਦਾ 9000 ਰੁਪਇਆ ਮੰਗਦਾ ਜੀ। 9 ਪੱਲੇ ਹੀ ਮੰਗੀ ਨਾ, ਉਹਨੇ 9 ਮੰਗੀ ਨਾ, ਤੂੰ ਐ ਦੱਸ ਘਟੇਗਾ ਕਿੰਨੇ ਥੱਲੇ ਦਾ? ਕੋਈ ਗੱਲ ਨਹੀਂ, 100-200 ਘੱਟ ਦੇ ਦੇਾਂਗੇ। ਤੂੰ ਲੈ ਕੇ ਜਾਣਾ? ਸਾਡੇ ਕੀ ਦਾ ਚੱਲਦਾ? ਨਹੀਂ ਚੱਲਦਾ ਜੀ, ਇਹਦਾ ਬੋਲ। ਇਹਦਾ 8 ਮੰਗਦੇ ਆ ਜੀ, ਡੱਬਾ ਬੱਕਰਾ ਦੇਖੋ। 5500 ਨਹੀਂ ਜੀ ਚੱਲਦਾ, 5500 ਦਾ ਤਾਂ ਚੜ ਥੋੜਾ ਜਾ। ਤੂੰ ਦੱਸ ਫਿਰ ਛੱਡਣਾ ਕਿਸ ਤੇ ਕਰਿਆ? ਦੱਸ 7.5 ਦਾ ਛੱਡ ਦੂੰ ਤੇਰੇ ਵਾਸਤੇ। ਹਾਂ ਨਹੀਂ ਜਾਂਦਾ ਨਾ, ਮਹਿੰਗਾ ਆਇਆ। ਮਹਿੰਗਾ ਆਇਆ ਤੇਰਾ, ਮੇਰਾ ਨਹੀਂ ਆਇਆ। ਹਾਂ ਮਹਿੰਗੇ ਆਇਆ ਬਾਈ, ਮਹਿੰਗਾ ਆਇਆ ਤਾਂ ਨੂੰ ਚੜ ਥੋੜਾ ਜਿਹਾ ਹੋਰ। ਮੈਂ ਲਿਖਾਈ ਦਾ ਆਪਾਂ ਉਹਦੀ ਕਰਾਂਗੇ, 800 ਤਾਂ ਨਹੀਂ ਚੱਲਦਾ, ਤਾਂ ਨੂੰ ਚੜ ਥੋੜਾ ਜਿਹਾ। ਮੈਂ 500 ਥੱਲੇ ਆ ਗਿਆ, ਤੂੰ 100-100 ਕਰਕੇ ਚੜ੍ਹਦਾ, ਮੈਂ 500 ਕਰਕੇ ਥੱਲੇ ਨੂੰ ਆਉਣਾ। ਤੂੰ ਲੈ ਕੇ ਜਾਣਾ ਪੂਰੇ 7 ਦਾ ਪਾਲਾ। ਦੇਖੋ ਜੀ 6.5 ਯਾਰ, ਮੈਂ ਦੇਖੇ ਇਹ ਹੋ ਗਿਆ ਜੀ। ਕੀ ਬਾਤ ਹੈ।